ਬਾਪੂ ਦਾ ਇਹ ਨਾਂ ਪੁੱਤ ਹੋਇਆ ਆਮ ਤੈਨੂੰ ਦਿਲ ਹਾਰ ਕੇ ਜਿਹਦੀ ਪ੍ਰੋਫਾਈਲ ਦੱਸੇ ਚੜਤਾ ਦੀ ਗੱਲ ਨੀ ਉਹ ਸੁਣਦਾ ਬਟਾਲਵੀ ਨੂੰ ਕੁੰਡੀ ਮਾਰ ਕੇ ਠੇਡੇ ਖਾਂਦਾ ਫਿਰਦਾ ਨੀ ਸੋਣੀਏ ਆ ਤੇਰੇ ਦਿਲ ਵਿੱਚੋਂ ਪੈਰ ਕੱਟ ਜਾਣ ਤੇ इमारत कौर पिज़्ज़ा इंजॉय करती हुई द कैलगरी पिज़्ज़ा लाउंज विच मनी मैडम भी नाल पिज़्ज़ा इंजॉय करते हुए सारों नूं बेस्ट पिज़्ज़ा किदां बढ़िया गुड ओके सत श्री अकाल जी सारिआं नूं की हाल चाल आ अज असी कैलगरी पिज़्ज़ा लाउंज भोग पर आए थे तो सोचा चलो वीडियो वगैरह अपलोड करते हैं बड़े दिन हो गए तो वीडियो नहीं आप अपलोड की थी होर सुनाओ सर की हाल चाल आ रीज़न ये भी सी ना वीडियो पाउंदा क्योंकि IPL खत्म हो गया तो हुण कोई भी क्रिकेट मैच वगैरह नहीं है तो कोई साड़ी है उदा भी कोई एक्टिविटी नहीं सी करके आप वीडियो वगैरह अपलोड नहीं कर सके ਅਤੇ ਅੱਜ ਚਲੋ ਆਪਾਂ ਬਾਹਰ ਥੋੜ੍ਹਾ ਫੰਕਸ਼ਨ ਕਰਨਾ ਆ ਅਤੇ ਸੋਚਿਆ ਵੀ ਚਲੋ ਵੀਡੀਓ ਵਗੈਰਾ ਅਪਲੋਡ ਕਰਦੇ ਹਾਂ ਨਾਲ ਮੇਰੇ ਇੱਕ ਕਿਊਟ ਬੱਚਾ ਇਬਾਦਤ ਹੈਲੋ ਮੈਮ ਹੈਲੋ ਅਸੀਂ ਦੋਨੇ ਜਣੇ ਤਿੰਨ ਜਣੇ ਆਏ ਮੈਡਮ ਹੁਣੀ ਵੀ ਨਾਲ ਆਏ ਆ ਅਤੇ ਸੋਚਿਆ ਵੀ ਚਲੋ ਵੀਡੀਓ ਵਗੈਰਾ ਅਪਲੋਡ ਕਰਦੇ ਹਾਂ ਅਤੇ ਹੋਰ ਸੁਣਾਓ ਸਾਰੇ ਠੀਕ ਠਾਕ ਹੋ ਅਤੇ ਇੱਕ ਵੀਡੀਓ ਆਪਾਂ ਪਾਈ ਸੀਗੀ ਲਾਸਟ ਜਿਹਦੇ ਉੱਪਰ ਕਾਫੀ ਸੱਜਣ ਮਿੱਤਰਾਂ ਦੇ ਕਮੈਂਟ ਵਗੈਰਾ ਆਏ ਅਤੇ ਟੂਰਨਾਮੈਂਟ ਦਾ ਵਿਚਾਰ ਸੀ ਸਾਡਾ ਟੂਰਨਾਮੈਂਟ ਕਰਾਉਣ ਦਾ ਕ੍ਰਿਕਟ ਟੂਰਨਾਮੈਂਟ ਅਤੇ ਇੱਕ ਛੋਟੀ ਜਿਹੀ ਇਨਫੋਰਮੇਸ਼ਨ ਦੇਣੀ ਸੀ ਤੁਹਾਨੂੰ ਸਾਰਿਆਂ ਨੂੰ ਵੀ ਸਾਡੇ ਪਿੰਡ ਦੇ ਵਿੱਚ ਮੈਂ ਸੁਣਿਆ ਵੀ ਇੱਕ ਟੂਰਨਾਮੈਂਟ ਸਿਕਸਰ ਬਾਲ ਦੇ ਨਾਲ ਵੀ ਹੋਣ ਜਾ ਰਿਹਾ ਅਤੇ ਮੈਂ ਸੋਚਦਾ ਸੀ ਵੀ ਮੈਂ ਥੋੜ੍ਹਾ ਆਪਣੇ ਟੂਰਨਾਮੈਂਟ ਜਿਹੜਾ ਮੈਂ ਲੈਦਰ ਦੀ ਬਾਲ ਨਾਲ ਕਰਵਾਉਣ ਦਾ ਵਿਚਾਰ ਸੀ ਮੇਰਾ ਅਤੇ ਮੈਂ ਉਹ ਸੋਚਿਆ ਵੀ ਥੋੜ੍ਹਾ ਫਿਰ ਡਿਲੇ ਕਰਦੇ ਹਾਂ ਕਿ ਸਿਕਸਰ ਦੇ ਨਾਲ ਟੂਰਨਾਮੈਂਟ ਹੋ ਰਿਹਾ ਅਤੇ ਕਿਉਂ ਨਾ ਫਿਰ ਆਪਾਂ ਟੂਰਨਾਮੈਂਟ ਥੋੜ੍ਹਾ ਲੇਟ ਕਰਵਾਈਏ ਅਤੇ ਮੁੰਡਿਆਂ ਦੇ ਨਾਲ ਵੀ ਹਜੇ ਕੋਈ ਗੱਲਬਾਤ ਤਾਂ ਨਹੀਂ ਹੋਈ ਹੈਗੀ ਬਟ ਮੇਰੇ ਸੁਣਨ 'ਚ ਆਇਆ ਵੀ ਟੂਰਨਾਮੈਂਟ ਉਹ ਪਲੈਨ ਕਰ ਰਹੇ ਆ ਅਤੇ ਕੋਸ਼ਿਸ਼ ਕਰਾਂਗੇ ਉਸ ਤੋਂ ਬਾਅਦ ਜਾਂ ਫਿਰ ਗਾਂ ਸਿਆਲਾਂ ਦੇ ਵਿੱਚ ਹੀ ਆਪਾਂ ਕਰਵਾਈਏ ਜਾਂ ਸਤੰਬਰ ਅਕਤੂਬਰ ਦੇ ਵਿੱਚ ਕਰਵਾਈਏ ਥੋੜ੍ਹਾ ਮੌਸਮ ਵੀ ਜਿਹੜਾ ਸਹੀ ਹੋ ਜਾਏਗਾ ਕਿਉਂਕਿ ਹੁਣ ਗਰਮੀ ਬਹੁਤ ਜ਼ਿਆਦਾ ਹੈਗੀ ਆ ਮੇਰਾ ਵੈਸੇ ਵਿਚਾਰ ਇਹ ਸੀਗਾ ਵੀ ਆਪਾਂ ਜੇ ਟੂਰਨਾਮੈਂਟ ਕਰਵਾਵਾਂਗੇ ਤਾਂ ਸਵੇਰੇ ਮੋਰਨਿੰਗ 'ਤੇ ਆਪਾਂ ਜਲਦੀ ਦੇ ਦੋ ਮੈਚ ਲਾ ਦਿਆ ਕਰਾਂਗੇ ਜਿੱਦਾਂ ਸਵੇਰੇ ਮੰਨ ਲਓ ਆਪਾਂ 6 ਵਜੇ ਤੋਂ 8 ਵਜੇ ਤੱਕ ਇੱਕ ਮੈਚ ਹੋ ਜਾਇਆ ਕਰੇਗਾ ਫਿਰ 8 ਤੋਂ 10 ਤੱਕ ਇੱਕ ਮੈਚ ਹੋ ਜਾਏਗਾ ਉਸ ਤੋਂ ਬਾਅਦ ਤਾਂ ਗਰਮੀ ਬਹੁਤ ਹੋ ਜਾਂਦੀ ਆ ਚਲੋ 10:30 ਤੱਕ ਵੀ ਫਿਰ ਟੀਮਾਂ ਵਗੈਰਾ ਲੇਟ ਹੋ ਜਾਂਦੀਆਂ ਅਤੇ 10:30 ਤੱਕ ਵੀ ਮੈਚ ਹੋ ਸਾਰਾ ਕੰਪਲੀਟ ਸਾਡਾ ਅਤੇ ਦੇਖ ਲਿਆ ਜੀ ਮੁੰਡਿਆਂ ਦਾ ਕੀ ਪ੍ਰੋਗਰਾਮ ਹੈਗਾ ਮੈਂ ਉਹਨਾਂ ਨਾਲ ਗੱਲਬਾਤ ਕਰਾਂਗਾ ਸਲਾਹ ਕਰਾਂਗਾ ਕਰਕੇ ਤਾਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂਗੇ ਆਪਾਂ ਗੱਲਬਾਤ ਵੀ ਉਹਨਾਂ ਦਾ ਕੀ ਪ੍ਰੋਗਰਾਮ ਆ ਤਾਂ ਕੀ ਪਲੈਨ ਕਰ ਰਹੇ ਟੂਰਨਾਮੈਂਟ ਬਾਰੇ ਅਤੇ ਆਪਾਂ ਜਿਹੜਾ ਕਰਾਉਣਾ ਹੈਗਾ ਆਪਾਂ ਲੈਦਰ ਦੀ ਬਾਲ ਨਾਲ ਕਰਾਉਣਾ ਹੈ ਕਿਉਂਕਿ ਟੀਮਾਂ ਜਿੰਨੀਆਂ ਵੀ ਟੀਮਾਂ ਪਹਿਲਾਂ ਪਾਰਟੀਸਪੇਟ ਕੀਤਾ ਸੀ ਸਾਰੀਆਂ ਟੀਮਾਂ ਨਾਲ ਮੇਰੀ ਗੱਲਬਾਤ ਹੋਈ ਸੀ ਅਤੇ ਉਹ ਸਾਰੇ ਇਹੀ ਸੁਝਾਅ ਦੇ ਰਹੇ ਆ ਕਹਿੰਦੇ